तारीफ ਤੁਸੀਂ ਇੱਥੇ ਗਰਮੀ ਚੋਂ ਬੈਠੇ ਹੋ ਹੋਰ ਹੁਣ ਏਸੀ ਵਾਲਾ ਕਮਰਾ ਤਾਂ ਨਾਲੇ ਸਾਹਮਣੇ ਰੋਟੀ ਖਾਓ ਨਾ ਰੋਟੀ ਮੈਂ ਨਹੀਂ ਖਾਣੀ ਮੈਂ ਤੈਨੂੰ ਪਹਿਲਾਂ ਹੀ ਕਹਿ ਦਿੱਤੀ ਲੈ ਕੇ ਨਹੀਂ ਯਾਰ ਕਮਾਲ ਹੈ ਤੁਸੀਂ ਨਹੀਂ ਰੋਟੀ ਖਾਣੀ ਫਿਰ ਹੋਰ ਕੌਣ ਖਾਊਗਾ ਤੁਹਾਨੂੰ ਪਤਾ ਤੁਸੀਂ ਕੱਲ ਦਾ ਕੁਝ ਵੀ ਨਹੀਂ ਖਾਤਾ ਇਹਦੇ ਨਾਲ ਤੁਹਾਡੀ ਤਬੀਅਤ ਖਰਾਬ ਹੋਊਗੀ ਕਿਸੇ ਦਾ ਕੁਝ ਨਹੀਂ ਵਿਗੜਨਾ ਪਹਿਲਾਂ ਵੀ ਬਹੁਤ ਕੁਝ ਖਰਾਬ ਹੋ ਗਿਆ ਕਲੀ ਤਬੀਅਤ ਨਾਲ ਕੁਝ ਨਹੀਂ ਹੋਣਾ ਹੁਣ ਇਹ ਵੀ ਹੁੰਦੀਆਂ ਹੋ ਜਾਣਗੇ ਤੁਸੀਂ ਇਹੋ ਜਿਹੀ ਗੱਲਾਂ ਕਾਹਤੋਂ ਕਰਦੇ ਹੋ ਪਾਗਲਾਂ ਵਾਲੀਆਂ ਬੰਦੇ ਨੂੰ ਆਪਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਜਾਨ ਗਈ ਜਹਾਨ ਗਿਆ ਕਿਸੇ ਨੂੰ ਹੀ ਨਹੀਂ ਕਿਹਾ ਫਿਰ ਜਾਣੇ ਤਾਂ ਜਾਵੇ ਘੱਟੋ ਘੱਟ ਦੁਖੀ ਤਾਂ ਨਹੀਂ ਹੋਵਾਂਗੇ ਰੋਜ਼ ਰੋਜ਼ ਮਰਨ ਨਾਲੋਂ ਇੱਕ ਵਾਰੀ ਮਰ ਗਿਆ ਬੰਦਾ ਵਧੀਆ ਨਿਬੜੂ ਕੰਮ ਤੁਸੀਂ ਇਹ ਸੋਚੋ ਵੀ ਆਪਾਂ ਨੂੰ ਉਹਨਾਂ ਦੇ ਸਾਹਮਣੇ ਰੋਟੀ ਮਿਲ ਰਹੀ ਹੈ ਬਹੁਤ ਵੱਡੀ ਗੱਲ ਹੈ ਜੇ ਰੋਟੀ ਪਿੱਛੇ ਵੀ ਮਨਾ ਕਰਤਾ ਫਿਰ ਕੀ ਕਰਾਂਗੇ ਕਿਤੇ ਹਾੜੇ ਕੱਢਾਂਗੇ ਵੀ ਰੋਟੀ ਦੇ ਦਿਓ ਸਾਨੂੰ ਵੱਡੀ ਗੱਲ ਉਹਦੇ ਖਾਤਰ ਹੁੰਦੀ ਹੈ ਜੇ ਭੁੱਖੇ ਬੰਦੇ ਨੂੰ ਰੋਟੀ ਮਿਲੇ ਆਪਾਂ ਨੂੰ ਰੋਟੀ ਮਿਲਦੀ ਹੁੰਦੀ ਸੀ ਅਤੇ ਹੁਣ ਉਹ ਵੀ ਆਪਦੇ ਖੋਲੀ ਆਪਣੇ ਤੋਂ ਕੋਈ ਸੁੱਖ ਨਾਲ ਤਾਂ ਨਹੀਂ ਖਾਂਦੇ ਕੋਈ ਗੱਲ ਨਹੀਂ ਇਹ ਉਤਰਾਅ ਚੜਾਅ ਨਾ ਜ਼ਿੰਦਗੀ 'ਚ ਆਉਂਦੀ ਰਹਿੰਦੇ ਨੇ ਐਡੀਆਂ ਨੇ ਕੀ ਗੱਲਾਂ ਤਾਂ ਹੁੰਦੀ ਰਹਿੰਦੀਆਂ ਨੇ ਫਿਰ ਕੀ ਕਿੱਡੀ ਗੱਲ ਆ ਤੁਸੀਂ ਰੋਟੀ ਖਾ ਲਪਰੀ ਤੇ ਤੁਸੀਂ ਤਾਂ ਬਾਹਰ ਨਹੀਂ ਜਾਣਾ ਹੁੰਦਾ ਕੱਲ ਨੂੰ ਦੇਖਿਆ ਦੀ ਉਹ ਅਮਨ ਕਿਵੇਂ ਸਵਾਦ ਲੈਣ ਆਏ ਦੀ ਗੱਲਾਂ ਦਾ ਮੈਨੂੰ ਤਾਂ ਐਂ ਹੋ ਰਿਹਾ ਵੀ ਮੈਂ ਬਾਹਰੇ ਕਿਵੇਂ ਨਿਕਲੂ ਲੋਕ ਮਿਹਣੇ ਮਾਰਨਗੇ ਤੁਹਾਡੇ ਰੋਟੀ ਛੱਡਣ ਦੇ ਨਾਲ ਫਿਰ ਕਿਹੜਾ ਲੋਕੀ ਬੰਦ ਕਰ ਦੇਣਗੇ ਮਿਹਣੇ ਮਾਰਨੇ ਯਾਰ ਦੁਨੀਆਦਾਰੀ ਹੈ ਤਾਂ ਨਾਲੇ ਕੋਈ ਕਿਸੇ ਦਾ ਸਵਾਦ ਨਹੀਂ ਲੈਂਦਾ ਹੁੰਦਾ ਜੇ ਲੈਂਦਾ ਵੀ ਤਾਂ ਲੈ ਹੀ ਜਾਣਦੇ ਗੁਆਂਢ ਮੱਥਾ ਯਾਰ ਜੇ ਉਹਦੀ ਜਗ੍ਹਾ ਤੇ ਆਪਾਂ ਹੁੰਦੇ ਜਾਂ ਆਪਣੀ ਜਗ੍ਹਾ ਤੇ ਉਹ ਹੁੰਦੇ ਤਾਂ ਆਪਾਂ ਵੀ ਤਾਂ ਜਾਣਾ ਹੀ ਸੀ ਯਾਰ ਲਾਪਰੀ ਤੈਨੂੰ ਨਹੀਂ ਪਤਾ ਉਹ ਹੁਣ ਸਾਰੇ ਪਿੰਡ 'ਚ ਜਾ ਕੇ ਦੱਸੂ ਉਹ ਜਿਹਨੂੰ ਨਹੀਂ ਵੀ ਪਤਾ ਦੀ ਨਾ ਉਹਨੂੰ ਵੀ ਜਾ ਕੇ ਦੱਸੂ ਨਾਲੇ ਮੈਂ ਤਾਂ ਕੋਈ ਨਹੀਂ ਜਾਂਦਾ ਕਿਸੇ ਦੇ ਘਰੇ ਆ ਗੱਲਾਂ ਦਾ ਸਵਾਦ ਲੈਣ ਨਾ ਹੀ ਇਹੋ ਜਿਹੀ ਕਰਤੂਤ ਕਿਸੇ ਨੇ ਕਰੀ ਹੈ ਜਿਹੋ ਜਿਹਾ ਮੇਰੀ ਮਾਂ ਨੇ ਕਰਤੀ ਜਿਹੜਾ ਕੁਛ ਕਿਸਮਤ ਦੇ ਵਿੱਚ ਲਿਖਿਆ ਨਾ ਉਹ ਹੋ ਕੇ ਰਹੂਗਾ ਚਾਹੇ ਆਪਾਂ ਲੱਖ ਟਾਲ ਲਈਏ ਹੁਣ ਤੁਸੀਂ ਆਈ ਨਾ ਬੈਠੇ ਰਹੋ ਤੁਸੀਂ ਰੋਟੀ ਖਾ ਲਓ ਤੇ ਬੈਂਕ ਚਲੇ ਜਾਓ ਬਹੁਤਾ ਕੁਛ ਜ਼ਿੰਦਗੀ ਦੇ ਹੱਥ 'ਚ ਹੁੰਦਾ ਤੇ ਬਹੁਤਾ ਕੁਛ ਆਪਣੇ ਆਹ ਤਾਂ ਕੋਈ ਨਹੀਂ ਜ਼ਿੰਦਗੀ ਨੇ ਲਿਖਿਆ ਤੀ ਵੀ ਹਾਂ ਮੇਰੀ ਮਾਂ ਨੇ ਦੂਜਾ ਵਿਆਹ ਕਰਾਉਣਾ ਇਹ ਤਾਂ ਇਹਦੇ ਆਪਦੇ ਹੱਥ 'ਚ ਦੀ ਹੋ ਸਕਦਾ ਬਦਲ ਵੀ ਸਕਦੀ ਤੀ ਚਲੋ ਕੋਈ ਗੱਲ ਨਹੀਂ ਫਿਰ ਹੁਣ ਤੁਸੀਂ ਬੈਂਕ ਦੀ ਵੀ ਆਪਣੀ ਡਿਊਟੀ ਛੱਡੋਗੇ ਰੋਟੀ ਖਾ ਕੇ ਬੈਂਕ ਚਲੇ ਜਾਓ ਮੰਨਿਆ ਕਰੋ ਗੱਲ ਨੂੰ ਜੇ ਨੌਕਰੀ ਹੱਥੋਂ ਚਲੀ ਗਈ ਸਭ ਤੋਂ ਅਸੀਂ ਤੋਂ ਜਾਵਾਂਗੇ ਬੰਦੇ ਦੀ ਜ਼ਮੀਨ ਹੱਥੋਂ ਚੱਲ ਜੇ ਨਾ ਸਮਝਣਾ ਸਭ ਕੁਝ ਖਤਮ ਹੈ ਸਭ ਕੁਝ ਜ਼ਮੀਨ ਨਹੀਂ ਹੁੰਦੀ ਸਭ ਕੁਝ ਪੈਸਾ ਨਹੀਂ ਹੁੰਦਾ ਸਭ ਕੁਝ ਹੁੰਦੀ ਹੈ ਜ਼ਮੀਨ ਲਾਪਰੀ ਤਾਂ ਹੁੰਦੀ ਹੈ ਜੱਟ ਦੇ ਪੁੱਤ ਦੀ ਇੱਕ ਜ਼ਮੀਨ ਹੀ ਹੁੰਦੀ ਹੈ ਜਿਹੜੀ ਆਖਰੀ ਸਾਹਾਂ ਤੱਕ ਉਹਦੇ ਨਾਲ ਹੁੰਦੀ ਹੈ ਕੋਈ ਮਾੜਾ ਚੰਗਾ ਟਾਈਮ ਆਉਣ ਤੇ ਬੰਦਾ ਇਧਰਲਾ ਉਧਰਲਾ ਪਾਸਾ ਕਰ ਲੈਂਦਾ ਹੁਣ ਆਪਾਂ ਪਹਿਲੀ ਸੋਚਣੇ ਵੀ ਆਪਣੇ ਤੇ ਮਾੜਾ ਚੰਗਾ ਟਾਈਮ ਆ ਉਹ ਆਪਾਂ ਜ਼ਮੀਨ ਵੇਚ ਗਏ ਤੁਸੀਂ ਐ ਸਮਝ ਲਓ ਵੀ ਮਾੜਾ ਟਾਈਮ ਆ ਗਿਆ ਤੇ ਜ਼ਮੀਨ ਵੇਚ ਗਈ ਹਾਂ ਸਾਵਰ ਦੇ ਘੁੱਟ ਨੇ ਇਹੀ ਪੀ ਪੀ ਕੇ ਮਰੀ ਚੱਲੋ ਪਰ ਸਾਵਰ ਦੇ ਘੁੱਟਾਂ ਨਾਲ ਨਾ ਭੁੱਖ ਨਹੀਂ ਮਾਰੀ ਜਾ ਸਕਦੀ ਭੁੱਖ ਤਾਂ ਰੋਟੀ ਹੀ ਮਾਰੂਗੀ ਨਾਲੇ ਇਹਦਾ ਅੰਨ ਦਾ ਕੀ ਕਸੂਰ ਹੈ ਯਾਰ ਲੜਾਈ ਹੋਊਗੀ ਬੰਦਿਆਂ ਨਾਲ ਹੋਊਗੀ ਤੁਸੀਂ ਚੁੱਪ ਕਰਕੇ ਰੋਟੀ ਖਾ ਲਓ ਜੇ ਤੁਸੀਂ ਰੋਟੀ ਨਾ ਖਾਧੀ ਫਿਰ ਮੈਂ ਵੀ ਨਹੀਂ ਖਾਂਦੀ ਚੱਲ ਠੀਕ ਹੈ ਖਾ ਲੂੰਗਾ ਨਾਲੇ ਨਾ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਤੁਸੀਂ ਜੌਬ ਕਰ ਰਹੇ ਹੋ ਨਾ ਮੈਂ ਵੀ ਪ੍ਰਾਈਵੇਟ ਜੌਬ ਲੱਭ ਲੈਣੀ ਹੈ ਕੋਈ ਆਪਾਂ ਦੋਵੇਂ ਨਾਲ ਮਿਲ ਕੇ ਮਿਹਨਤ ਕਰਾਂਗੇ ਡੈਡੀ ਨੂੰ ਵੀ ਕਿਸੇ ਫੈਕਟਰੀ ਜਾਂ ਕਿਤੇ ਹੋਰ ਲਾ ਦਾਂਗੇ ਆਪਾਂ ਮਿਲ ਕੇ ਗੁਜ਼ਾਰਾ ਕਰ ਲਾਂਗੇ ਤਾਂ ਬੰਦਾ ਆਪਦੀ ਜ਼ਮੀਨ ਤੇ ਆਪ ਰਾਜਾ ਹੁੰਦਾ ਤੇ ਅਸੀਂ ਜ਼ਮੀਨ ਹੁੰਦੇ ਹਵਾਏ ਵੀ ਦਿਹਾੜੀਆਂ ਕਰਦੇ ਫਿਰਾਂਗੇ ਹੁਣ ਜੇ ਜ਼ਮੀਨ ਨਹੀਂ ਹੈਗੀ ਇਹਦਾ ਮਤਲਬ ਇਹ ਨਹੀਂ ਕਿ ਹੱਥ ਹੱਥ ਰੱਖ ਕੇ ਬੈਠ ਜਾਓ ਤਮਾਸ਼ਾ ਵੇਖੋ ਕੰਮ ਕਰਾਂਗੇ ਮਿਹਨਤ ਕਰਾਂਗੇ ਰੱਬ ਆਪੇ ਸੁਣੂਗਾ ਤੁਸੀਂ ਰੋਟੀ ਖਾ ਲਓ ਹੁਣ ਚਲ ਚੰਗਾ ਖਾ ਲੈਣਾ ਜਾ ਭਾਗ ਜਾ ਤੂੰ ਰੋਟੀ ਖਾ ਲਿਓ ਨਾਲੇ ਮੈਂ ਦੁਬਾਰੇ ਰੋਟੀ ਲੈ ਕੇ ਆਉਣੀ ਹੈ ਨਾਲੇ ਪਾਣੀ ਫੜ ਆ ਵੀ ਮਾਂਜ ਭਾਂਡੇ ਕਿਉਂ ਮੈਂ ਕਿਉਂ ਮਾਂਜਿਆ ਹੋਰ ਤੇਰੀ ਮਾਂ ਮਾਂਜੂਗੀ ਆ ਕੇ ਹੋਰ ਕਿਹਨੇ ਮਾਂਜਣੇ ਆ ਤੂੰ ਹੀ ਮਾਂਜਣੇ ਆ ਨਾ ਰੋਟੀ ਤੁਸੀਂ ਖਾਂਦੀ ਆ ਤੇ ਭਾਂਡੇ ਮੈਂ ਮਾਂਜਾ ਤੁਹਾਡੇ ਕੀ ਗੱਲ ਮੈਂ ਨੌਕਰਾਨੀ ਰੱਖੀ ਆ ਤੁਹਾਡੀ ਹਾਂ ਹੁਣ ਤਾਂ ਨੌਕਰਾਨੀ ਹੈ ਭਾਂਡੇ ਮਾਂਜਦੇ ਬੰਦੀ ਬਣ ਕੇ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਕਿਹੜੀ ਗੱਲ ਤੋਂ ਮਾਂਜਾ ਭਾਂਡੇ ਰੋਟੀ ਤੂੰ ਖਾਧੀ ਤੇ ਤੂੰ ਚੱਕ ਮੈਂ ਤਾਂ ਆਪਦਾ ਕੰਮ ਕੀਤਾ ਤੇ ਕਰਤੇ ਸਭ ਅੱਛਾ ਪੋਚੇ ਲਾਤੇ ਮੇਰਾ ਕਮਰਾ ਸਾਫ਼ ਕਰਤਾ ਕਿਉਂ ਤੇਰਾ ਕਮਰਾ ਕਿਉਂ ਸਾਫ਼ ਕਰਾਂ ਤੂੰ ਕਰ ਆਪਦਾ ਕਮਰਾ ਸਾਫ਼ ਝਾੜੂ ਕੱਢਿਆ ਨਾ ਮੇਰੇ ਭਾਂਡੇ ਮਾਂਜਦੀ ਆ ਕੋਈ ਗੱਲ ਨੀ ਤੈਨੂੰ ਹੁਣੇ ਦੇ ਦਿੰਦੀ ਆ ਅਕਲ ਮੈਂ ਤੂੰ ਕੀ ਸੋਚਦੀ ਹੋਣੀ ਆ ਕਿ ਮੈਂ ਕੁਛ ਕਰ ਨੀ ਸਕਦੀ ਸਰਦਾਰ ਜੀ ਆਓ ਮਾੜਾ ਜਿਹਾ
हाँ दसो ए कर दे फिर अपना तो इतने को कहना मानता नहीं है आ मैं दो भांडे छोटी मांजन नू कहता इन्हें तो भांडे ही नहीं मांजे भांडा तू भी जवाब दे जाते होर कमरे तो भी जवाब कमरा नहीं साफ करना आप ए करते हैं कचहरी चलते हैं आ जड़ी चार कले मेरे जमा नाम जमीन है ना मैं थोड़े नाम करा दनी हाँ मैं कि जमीन कर दी नाले आप घरों बहर चले जाने इन्हों का घर खाली हो जाऊगा दोने जाने बहर कितने एक किला बेच के कोठी पा लें ठीक है सोमवार रोटी लवप्रीत ने बनाई मैं तू बनाई रोटी भी लवप्रीत तू बनवाई रोटी भी लवप्रीत क्यों इस घर की नूह है रौला इस गल दा वे सारा घर दा काम इने करना साडा भी ते अपना भी मैं नहीं करदी तेरी मां तो पूछ रौला की है इधरो पूछ आ देख लो जवाब दंदी है मैं नहीं करदी मैं करदा गल मम्मी मेरी गल सुन की है चार भांडे ने मांज दे तू नाले एमिया जमीन नु ना बिचकली सो जिथे हैगी ना उनु उथी रहन दो कोई ना मम्मी मांज दू भांडे आपे काम कर दू सारा तुसी जाओ अंदर पै जाओ बंदिया वांगू काम कर दे आ जाओ जी आपां रेस्ट करदे आ मां क्यों तेरी अकल ते पड़दा पिया है क्यों तेरी अकल ते पड़दा पिया तारी मैं दस की करा हुण तुसी तो सारे मेनू जंबड़ जांदे होगे ना हुण आ भांडे भी जूठे होदे मैं मांजा कमरा भी होदा मैं साफ करके देवा की गल एसी थल्ले उहने पैणा तू आपे दा कमरा साफ करे कोई ना जे चार दिन कर देगी की हो जूगा इन्ने कोई हल लभ लांगे जे इदू पहली तू आ क्ले छेड़ी रख्या ना आ हुण ना कराते ती फिरदी रहंदी फिर थोड़े ते तां कुछ नहीं हुंदागा मैनू फिर लै लैन दिंदे फाहा मैं मांज दिना थोड़े तो नहीं हुंदा बुढ़िया ने काम भी मेथों करा के हटोगे मम्मी दे कमरे दी सफाई मैं ही कर दिंदी आ छोटी मम्मी ने तो मनना ही नहीं मम्मी हाँ जी कम सी कोला प्रीत कम तो कोई नहीं सीगा मम्मी मैं सोच रही सी थोड़े कमरे दी सफाई कर दा झाड़ू ला दा तू करेंगी कमरे दी सफाई हाँ जी मम्मी कोई गल नहीं मैं कर दिंदी आ जिहनू कहा सी ना ओ करे ओ महाराणी नहीं जिहड़ी राजगद्दी ते बैठी है तैनू नहीं लोड़ कोई सफाई करन दी पर मम्मी छोटी मम्मी ने तो मना करता सी झाड़ू लाउण तो फिर मैं सोचा क्यों कलेश पाउणा है जे उहने नहीं सफाई करनी ना तू भी नहीं करनी उहनू कहा ओह करे मैनू भांडे मांजण तो भी पहला कोरा जवाब दिता ते हुण झाड़ू कढ़न तो भी कोलो नहीं तैनू सफाई करन दी उहनू बुला ओह करे मैं करवानी भी ओदे तो हाँ मम्मी तुसी मेरी गल तो मान लो मैं नहीं किसी की गल मननी तेरे ना मेरा कोई बैर विरोध नहीं हुण की हो गया मम्मी तेरे सामने तेरी माँ नू कहा सी ना मैं झाड़ू कढ़न नू ते भांडे मांजण नू भांडे मांजण तो भी जवाब दिता ते हुण झाड़ू लाउणे नू भेजता लवप्रीत तू क्यों झाड़ू चक्या ती आपे ला दे होर की करा यार ओह तां नक ते मक्खी नहीं बैठ दिंदे हले भी हिंडा मां आ की है तेरे सामने सारा कुछ ना तेन झाड़ू लाने भांडे मांजन कहा तो है तू लवप्रीत नू कातों कहा तू झाड़ू ला दे ओ इस घर की नूह है इन्हें काम नहीं करना गा पहला कड़ा कर दी नहीं सी काम बड़ी मम्मी ने की कहा भी तुसी करना ना मम्मी जे जमीन दे चार किले बचाने ने ना तो सुनू सारा काम करने ही पैना झाड़ू तू लेंगे चल कोई ना कर दे सफाई हुण मम्मी तुसी जाओ अंदर चंगी तरह करनी है।
झाड़ू भी फेरता। अच्छा इन्हें नाली थक गई, जे रोज काम करया करे ता माड़ी मोटी सेहत भी तेरी लिस्सी हो जे। काम करदा कोई बंदा मरदा नहीं हुंदा, काम कर लिया कर। मैनू ना काम करन दा कोई दुख नहीं हैगा। हां जी मैं काम कीता, दुख तो सिर्फ इस गल दा भी उहने मेरे तो काम कराया जी, ते मैं रोह मारदी हुंदी सी। ए सियाणे कहिंदे ने कदे आप दियां कदे बाप दियां, भुगत मना कीते पाप दियां। हुण तां तैनूं इह करना ही पैणा। ल करना पैणागा, मैनू करना पैणा। तेरे कंडे भिज्जे होए सारे, जे तूं ना जमीन उहदे नाल लवाउंदा ਮੈਨੂੰ ਨਹੀਂ ਸੀ ਨਾ ਪਤਾ ਵੀ ਆਹ ਦਿਨ ਦੇਖਣੇ ਨਹੀਂ ਪੈਣੇ ਸੀ ਇਹ ਕੰਡੇ ਤਾਂ ਤੇਰੇ ਵੀਜੇ ਆ ਮੈਂ ਜ਼ਮੀਨ ਕਦੋਂ ਨਾਲ ਲਵਾਉਂਦਾ ਸੀ ਜਦੋਂ ਤੂੰ ਉਹਦੇ ਨਾਲ ਵਧੀਕੀਆਂ ਕਰਦੀ ਰਹੀ ਤਾਂ ਮੈਨੂੰ ਜ਼ਮੀਨ ਲਵਾਉਣੀ ਪਈ ਉਹਦੇ ਨਾਲ ਨਹੀਂ ਤਾਂ ਮੇਰੇ
ਬਾਹਰ ਜੇ ਇਸ ਘਰ ਵਿੱਚ ਰਹਿਣਾ ਨਾਲੇ ਅਸੀਂ ਰਹਿ ਪਾਂਗੇ ਸਾਰੇ ਟੱਬਰ ਨੇ ਤੁਸੀਂ ਮੈਨੂੰ ਉਹਦੇ ਥੱਲੇ ਲਾਤਾ ਮੈਂ ਉਹਦੀ ਨੌਕਰਨੀ ਬਣ ਕੇ ਰਹਿ ਗਈ ਆ ਜੇ ਤੁਸੀਂ ਉਹਦੇ ਨਾਲ ਖੜੇ ਹੋ ਤਾਂ ਮੈਨੂੰ ਮੈਂ ਇਦਾਂ ਹੋਈਆਂਗੀ ਜੇ ਉਦੋਂ ਰਲ ਕੇ ਰਹਿੰਦੀ ਭੈਣਾ ਭੈਣਾ ਵਰ ਕੇ ਰਹਿੰਦੀਆਂ ਫਿਰ ਕਾਹਨੂੰ ਇਹ ਗੱਲਾਂ ਹੁੰਦੀਆਂ ਨਾ ਤੂੰ ਨੌਕਰੀ ਨਹੀਂ ਬਣਨੀ ਨਾ ਉਹ ਬਣਦੀ ਉਦੋਂ ਤੂੰ ਨੌਕਰੀ ਲਾ ਲਈ ਉਹਨੂੰ ਆਹੋ ਉਦੋਂ ਵੀ ਮੇਰਾ ਕਸੂਰ ਸੀ ਹੁਣ ਵੀ ਮੇਰਾ ਕਸੂਰ ਹੈਗਾ ਤੁਸੀਂ ਤਾਂ ਪਾਸੇ ਹੋ ਗਏ ਨਾ ਤੇਰਾ ਤਾਂ ਕੋਈ ਕਸੂਰ ਨਹੀਂ ਜਿਹਨੇ ਚੱਕ ਕੇ 4 ਕਿੱਲੇ ਉਹਦੇ ਨਾਲ ਵਾਤੇ ਜੇ ਤੂੰ ਗਲਤੀ ਕੀਤੀ ਜਾਂ ਤੇਰੇ ਪੁੱਤ ਨੇ ਗਲਤੀ ਕੀਤੀ ਤਾਂ ਮੈਨੂੰ ਗਲਤੀ ਕਰਨੀ ਪੈਗੀ ਤਾਂ ਹੀ ਮੈਨੂੰ ਅੱਖ ਚੱਬਣਾ ਪੈ ਗਿਆ ਨਹੀਂ ਮੈਨੂੰ ਕੀ ਲੋੜ ਸੀ ਉਹਦੇ ਨਾਲ ਕਰਾਉਣ ਨੂੰ ਜ਼ਮੀਨ ਆਹੋ ਤੈਨੂੰ ਅੱਖ ਚੱਬਣਾ ਪੈ ਗਿਆ ਮੇਰਾ ਤਾਂ ਨਾ ਹੁਣ ਇਹ ਜੀ ਕਰਦਾ ਵੀ ਤੇਰੇ ਸਿਰ ਚ ਮਾਰਾ ਕੁਛ ਚੱਕ ਕੇ ਹੋਰ ਚੱਕ ਕੇ ਉਹਦੇ ਕੇ ਨਾ ਕਰਾਈਏ ਜ਼ਮੀਨ ਹੋਰ ਤਾਂ ਇੱਥੇ ਕੁਛ ਸਰਿਆ ਨਹੀਂਗਾ ਉਹ ਤਾਂ ਉਹਨੂੰ ਕੁਛ ਕਿਹਾ ਨਹੀਂ ਜਾਂਦਾਗਾ ਨਾ ਤੂੰ ਦੇਖ ਲੈ ਇਹ ਵੀ ਦੇਖ ਲੈ ਦੇ ਨਾ ਜੇ ਮੇਰੇ ਸਿਰ ਚ ਮਾਰਿਆ ਨਾ ਕੁਛ ਫਿਰ ਤੂੰ ਇੱਥੇ ਨਹੀਂ ਫਿਰ ਤੂੰ ਉੱਥੇ ਸਿੱਖਾਂ ਦੇ ਵਿਚਾਲੇ ਹੋਵੇਂਗੀ ਪੁਲਿਸ ਵਾਲਿਆਂ ਕੋਲੇ ਹੋਏਗੀ ਮਾਰ ਦੇ ਮੇਰੇ ਸਿਰ ਚ ਪਾੜ ਦੇ ਮੇਰਾ ਸਿਰ ਇਹੀ ਕਸਰ ਰਹਿੰਦੀ ਆ ਹੁਣ ਮੇਰੇ ਤੇ ਰੋਬ ਚਲਾਉਣ ਵਾਲਾ ਉਹਦੇ ਤੇ ਤਾਂ ਰੋਬ ਚੱਲਿਆ ਨਾ ਜਿਹੜੀ ਨੇ ਲਿਆ ਕੇ ਉੱਥੇ ਦੂਜਾ ਬੰਦਾ ਬਿਠਾ ਲਿਆ ਉੱਥੇ ਤਾਂ ਚੱਲਿਆ ਨਹੀਂ ਤੇਰੇ ਤੋਂ ਰੋਬ ਮੈਂ ਦੋਨਾਂ ਦੇ ਵਿਚਾਲੇ ਫਸ ਗਿਆ ਕੀ ਕਰਾਂ ਮੈਂ ਹਾਂ ਦੋਨਾਂ ਨੇ ਖਾ ਲਿਆ ਮੈਨੂੰ ਤੁਸੀਂ ਮੈਂ ਕਿਤੇ ਬੁੜਾ ਹੋਣ ਵਾਲਾ ਸੀ ਮਾਰ ਕੇ ਰੱਖਤਾ ਤੁਸੀਂ ਮੈਨੂੰ ਦਿਮਾਗ ਪੱਟਤਾ ਮੇਰਾ ਕਿੱਥੇ ਰੋਟੀਆਂ ਲਾ ਲਈਆਂ ਮੈਂ ਛੋਟੀ ਕਿੱਥੇ ਚੱਲੀ ਹੈ ਕੁਛ ਨਹੀਂ ਮੈਂ ਤਾਂ ਗਵਾਂਢੀਆਂ ਜਾ ਕੇ ਆਉਂਦੀ ਸੀ ਕਿਉਂ ਗਵਾਂਢੀਆਂ ਦਾ ਕੀ ਰੱਖਿਆ ਹੈ ਮੈਂ ਬੈਠੀ ਹਾਂ ਨਾ ਜਾਣ ਨੂੰ ਚੱਲ ਕਰ ਕੋਈ ਲੋੜ ਨਹੀਂ ਤੈਨੂੰ ਕੰਮ ਕਰ ਜਿਹੜਾ ਕਰਨ ਵਾਲਾ ਨਾ ਹੁਣ ਮੈਂ ਜੇ ਕਿਸੇ ਜਾਣਾ ਹੋ ਤੈਨੂੰ ਪੁੱਛ ਕੇ ਜਾਊਂਗੀ ਹਾਂ ਪੁੱਛ ਕੇ ਜਾਊਂਗੀ ਜਿਵੇਂ ਮੈਂ ਤੈਨੂੰ ਪੁੱਛ ਕੇ ਜਾਂਦੀ ਹੁੰਦੀ ਸੀ ਉਵੇਂ ਹੁਣ ਤੂੰ ਮੈਨੂੰ ਪੁੱਛ ਕੇ ਜਾਊਂਗੀ ਮੈਨੂੰ ਕੋਈ ਕੰਮ ਆ ਉਹਨਾਂ ਦੇ ਜਾਇਆ ਆਉਂਦੇ ਮਾੜਾ ਜਿਹਾ ਨਿਚਲੀ ਬਹਿ ਜਾ ਕੇ ਤੈਨੂੰ ਇੱਕ ਵਾਰ ਸੁਣਿਆ ਨੀ ਕਿਹੜਾ ਸਮਝ ਨਹੀਂ ਲੱਗਦੀ ਗੱਲ ਦੀ ਇਹਨੂੰ ਬਥੇਰਾ ਬਦੀਨ ਕੀਤਾ ਤੂੰ ਮੈਨੂੰ ਹੁਣ ਮੇਰੀ ਵਾਰੀ ਹੈ ਜਾ ਵਗ ਜਾ ਤੇਰੇ ਘਰੋਂ ਬਾਹਰ ਨਿਕਲਣ ਤੇ ਨਾ ਪਾਬੰਦੀ ਆ ਪਾਬੰਦੀ ਲੈ ਆਈ ਵੱਡੀ ਮੈਂ ਗੁਆਂਢੀਆਂ ਦੇ ਚੱਲੀ ਆ ਦਿੰਨੀ ਆ ਤੈਨੂੰ ਜਾਵਣ ਮੈਂ ਕੁਲਦੀਪ ਕੌਰੇ ਮੈਂ ਇੰਨਾ ਰੋਹ ਮਾਰਦੀ ਹਾਂ ਜਿਹੜਾ ਮੈਂ ਠੀਕ ਤਾਂ ਕਰਦੀ ਹਾਂ ਚੱਲ ਕੋਈ ਨਹੀਂ ਹੁਣ ਤਾਂ ਠੀਕ ਕਰਾਂ ਚਾਹੇ ਗਲਤ ਕਰਾਂ ਹੁਣ ਤਾਂ ਮੈਂ ਬਦਨਾਮ ਹੋ ਗਈ ਫਿਰ ਮੈਂ ਵਿਆਹ ਕਰਵਾ ਲਿਆ ਹੁਣ ਤਾਂ ਮੈਂ ਜੋ ਮਰਜ਼ੀ ਕਰਾਂ ਜੋ ਮਰਜ਼ੀ ਇਹ ਸਮਝਣ ਇਹ ਤਾਂ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਵੀ ਮੈਂ ਕੀ ਚੀਜ਼ ਹਾਂ ਕੀ ਨਹੀਂ ਵਿਕਰ ਸਿੰਘ ਹਾਂ ਬਾਈ ਚੋਰਾ ਸਿਆ ਉਹ ਬਾਈ ਕੋਲ ਕੋਲ ਦੀ ਬਾਹਲੇ ਤੁਰਿਆ ਗੁੱਸੇ 'ਚ ਹੈ ਆ ਜਾ ਬਹਿ ਜਾ ਨਹੀਂ ਬਾਈ ਗੁੱਸਾ ਤਾਂ ਕਾਹਦਾ ਆਪਣਾ ਮੈਂ ਜਾਂਦਾ ਸੀ ਕਿਤੇ ਕੰਮ ਜਾ ਕੇ ਆਉਂਦਾ ਸੀ ਨਹੀਂ ਉਹ ਤਾਂ ਠੀਕ ਹੈ ਬੰਦਾ ਰਾਮ ਰਮਈਆ ਕਰਕੇ ਤਾਂ ਜਾਂਦਾ ਛੋਟੀ ਭਾਈ ਇਹੋ ਜਿਹਾ ਕੀ ਗੁੱਸਾ ਹੋ ਗਿਆ ਤੈਨੂੰ ਉਹ ਤਾਂ ਠੀਕ ਹੈ ਬਾਈ ਹੁਣ ਗੁੱਸਾ ਤਾਂ ਖੈਰ ਨਹੀਂ ਪਰ ਐਂ ਮੈਂ ਬਹਿੰਦਾ ਵੀ ਤੇਰੇ ਕੋਲ ਠੀਕ ਨਹੀਂ ਲੱਗਦਾ ਐਂ ਲੱਗਦਾ ਨਹੀਂ ਇਹ ਤੇਰੇ ਮਨ 'ਚ ਨਾ ਵਹਿਮ ਹੈ ਇਹ ਸਾਰੇ ਕੰਡੇ ਨਾ ਤੇਰੇ ਹੀ ਬੀਜੇ ਹੋਏ ਨੇ ਮੇਰੇ ਬੀਜੇ ਹੋਏ ਨੇ ਹਾਂ ਨਹੀਂ ਜੋ ਰਸ ਹੈ ਮੈਂ ਕਦੇ ਕੰਡੇ ਬੀਜੇ ਇਹ ਨਹੀਂ ਜੇ ਤੂੰ ਹੁਣ ਪਹਿਲਾਂ ਤਾਂ ਤੂੰ ਵਿਆਹ ਕਰਾਉਣਾ ਹੀ ਨਹੀਂ ਸੀ ਠੀਕ ਹੈ ਚਲੋ ਔਲਾਦ ਪਿੱਛੇ ਆਪਾਂ ਸਾਰਾ ਕੁਛ ਕਰਦੇ ਹਾਂ ਹੈ ਠੀਕ ਹੈ ਜੋ ਰਸ ਹੈ ਵਿਆਹ ਕਿਉਂ ਨਹੀਂ ਸੀ ਕਰਾਉਣਾ ਵਿਆਹ ਤਾਂ ਮੈਨੂੰ ਕਰਾਉਣਾ ਹੀ ਪਿਆ ਔਲਾਦ ਪਿੱਛੇ ਕਰਾਉਣਾ ਪਿਆ ਉਹ ਬਾਈ ਇਹ ਤਾਂ ਕੋਈ ਗੋਦ ਲੈ ਲੈਂਦਾ ਤਾਂ ਜੱਬ ਤਾਂ ਨਾ ਪੈਂਦਾ ਜਿਹੜਾ ਹੁਣ ਭੁਗਤੀ ਜਾਂਦਾ ਤੂੰ
बस जिहड़े भुगतने हुंदे फिर कर्मां च लिखिया हुंदा उह तां भुगतना ही पैंदा जोरा सिंह। अच्छा जे तूं ब्याह करा भी लिया सी चलो ठीक है रात पिछे आपां कराउने आ सारी गल सुख माणदे आ वी भाई मेरे बच्चा हो जाए। हाँ है फिर तू कंट्रोल रखना सी वो बड़ी नूं तुसीं तंग कर लग गए है तू माड़ा मोटा छोटी नूं कहना सीगा कंट्रोल रखना सी कंट्रोल। ओ गल सुन जोरा सिंह आ पुछ के देख ली वड्डी नूं कुलदीप कौर नूं मैं कदे उहनूं ओए नहीं कहा ते ना ही कदे घूरी है ये तां इहनां ने मां पुत्तां ने दोनां ने कंडे बीजते इहदा करके सारा कुछ हो गया नहीं असीं तां उहनूं जी जी करदे सी सारा टब्बर। ओ इह तां तूं कदे नहीं कही तूं मन्नी भी नहीं उहदी वो तैनू वो तेरी छोटी घर वाली है ना जिहड़ी उही उहनूं टिंडी दे बीजते चढ़ाए रखदी है हैं उहनूं तां तुसीं बना लिया गोली नौकर नहीं बना लिया जे वो इन्नी तंग सी तां उहनूं इह काम करना पिया। ਉਹ ਕਾਹਨੂੰ ਜੋਰਾ ਸਿਆਂ ਇਹ ਤਾਂ ਜਿਸ ਤਰ੍ਹਾਂ ਲੱਗ ਗਏ ਸੋ ਹੀ ਜਾਣੇ ਇਹ ਤਾਂ ਮੈਨੂੰ ਹੀ ਪਤਾ ਹੈ ਪਰ ਅਸੀਂ ਕੁਲਦੀਪ ਕੌਰ ਨੂੰ ਕਦੇ ਵੀ ਮੰਦਾ ਚੰਗਾ ਨਹੀਂ ਸੀ ਬੋਲਿਆ ਮੈਂ ਤਾਂ ਕਦੇ ਉਂਗਲ ਨਹੀਂ ਲਾਈ ਉਹਨੂੰ। ਬਾਈ ਬਿੱਕਰ ਸਿਆਂ ਉਂਗਲ ਤਾਂ ਨਹੀਂ ਲਾਈ ਕਈ ਗੱਲਾਂ ਬਾਤਾਂ ਨਾ ਬੁੜੀਆਂ ਜਿਹੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀ ਮਾਰਕੁੱਟ ਤੋਂ ਵੀ ਵੱਧ ਹੁੰਦੀਆਂ ਨੇ ਉਹ ਬੰਦਿਆਂ ਨੂੰ ਨਹੀਂ ਪਤਾ ਲੱਗਦਾ ਕਿ ਬੰਦੇ ਗੌਰ ਨਹੀਂ ਕਰਦੇ ਕੰਮ ਧੰਦੇ ਜਾਂਦੇ ਰਹਿੰਦੇ ਨੇ ਉਹ ਘਰੇ ਨਾ ਫਿਰ ਲੜਾਈ ਝਗੜਾ ਰੱਖਦੀਆਂ ਇੱਕ ਦੂਜੇ ਨੂੰ ਦੁੱਖ ਦਿੰਦੀਆਂ ਸਮਝੇ ਗੱਲ ਤੂੰ ਹੁਣ ਕਰੀਆਂ ਤਾਂ ਉਹਨਾਂ ਨੇ ਅਤੇ ਭੁਗਤਦਾ ਤੂੰ ਫਿਰਦਾ ਸਮਝ ਗਿਆ ਗੱਲ ਤੂੰ। ਜੋਰਿਆ ਸਿਆਂ ਸਮਝਦਾ ਮੈਂ ਸਾਰਾ ਕੁਛ ਹੈ ਪਰ ਹੁਣ ਜਦੋਂ ਭਾਂਡੇ ਖਿੰਡ ਗਏ ਨਾ ਹੁਣ ਮੇਰੇ ਸਮਝ ਤੋਂ ਬਾਹਰ ਹੋ ਗਈ ਗੱਲ ਹੁਣ ਆਪ ਹੀ ਕਮਲਾ ਮੈਂ ਹੁਣ ਮੈਨੂੰ ਕੋਈ ਗੱਲ ਸਮਝ ਨਹੀਂ ਆਉਂਦੀ। ਜੋਰਿਆ ਸਿਆਂ ਬਿੱਕਰ ਸਿਆਂ ਇਹ ਤਾਂ ਹੁਣ ਤੂੰ ਜਿਹੇ ਜਿਹੇ ਕੰਡੇ ਬੀਜੇ ਨੇ ਨਾ ਬਾਈ ਤੈਨੂੰ ਹੁਣ ਇਹ ਚੁਗਣੇ ਪੈਣਗੇ ਜਿਹੜੇ ਦੋ ਚਾਰ ਸਾਲ ਰਹਿੰਦੇ ਨੇ ਨਾ ਇਵੇਂ ਜਿਵੇਂ ਨਿਘਾਲਾ ਹੋਰ ਇਸ ਗੱਲ ਦਾ ਕੋਈ ਹੱਲ ਨਹੀਂ ਹੈ। ਸਿਆਣੀ ਗੱਲ ਆ ਜੋਰਿਆ ਸਿਆਂ ਤੇਰੀ ਜੇ ਤੂੰ ਇੰਨਾ ਸੋਚਦਾ ਨਾ ਫਿਰ ਆਪਣਾ ਵਕਤ ਲੰਘ ਵੀ ਜਾਊਗਾ। ਬਾਈ ਇੱਕ ਹੋਰ ਗੱਲ ਹੈ ਆਪਣਾ ਕੋਈ ਬੈਰ ਨਹੀਂ ਹੈ ਠੀਕ ਹੈ ਕਦੇ ਐਂ ਸੋਚੀ ਨਾ ਵੀ ਜੋਰਾ ਸਿੰਘ ਦਾ ਕੋਈ ਮੇਰੇ ਨਾਲ ਬੈਰ ਹੈ ਇਹ ਵਕਤ ਹੁੰਦਾ ਜਿਹੜਾ ਕੋਈ ਬੰਦੇ ਨੂੰ ਇਸ ਲੋੜ 'ਤੇ ਕਰ ਦਿੰਦਾ। ਵਾਹ ਜੋਰਾ ਸਿੰਘ ਤੇਰੀ ਸੋਚ ਤਾਂ ਬਹੁਤ ਵਧੀਆ ਪਰ ਮੈਨੂੰ ਉਮੀਦ ਨਹੀਂ ਸੀ ਮੈਨੂੰ ਤਾਂ ਐਂ ਲੱਗਦਾ ਸੀ ਵੀ ਮੇਰਾ ਨਵਾਂ ਦੁਸ਼ਮਣ ਆ ਗਿਆ ਪਰ ਇਹ ਵੀ ਨਹੀਂ ਚੱਲ ਕੋਈ ਨਹੀਂ ਇਹੋ ਜਿਹੇ ਕੰਮ ਹੋ ਤਾਂ ਗਏ ਤੂੰ ਮੇਰਾ ਵੱਡਾ ਭਰਾ ਬਣ ਕੇ ਰਹੀ ਫਿਰ। ਨਹੀਂ ਬਾਈ ਆਪਾਂ ਰਲ ਮਿਲ ਕੇ ਜਿਹੜਾ ਵੀ ਦੁੱਖ ਸੁੱਖ ਹੈ ਨਾ ਕੱਟਾਂਗੇ ਜਮਾਂ ਫਿਕਰ ਨਾ ਕਰੀ ਠੀਕ ਹੈ ਚਲੋ ਸਿਆਣੀ ਗੱਲ ਜਿਹੜੇ ਕੋਈ ਕੰਮ ਜਾਣਾ ਨਾ ਜਾਇਆ ਠੀਕ ਹੈ ਜੋਰਾ ਸਿਆਂ ਚੰਗਾ ਹੁਣ ਤੂੰ ਗੁਪਤ ਰੱਖੀ ਹਜੇ ਗੱਲਾਂ ਹਜੇ ਛੇਤੀ ਇਹ ਗੱਲਾਂ ਕਰਨ ਵਾਲੀਆਂ ਨਹੀਂ ਬੁੜੀਆਂ ਦੇ ਸਾਹਮਣੇ ਇੱਥੇ ਅੱਡ ਬੈਠ ਕੇ ਕਰੀਆਂ ਤਾਂ ਹੀ ਮੈਂ ਤੈਨੂੰ ਆਵਾਜ਼ ਮਾਰ ਕੇ ਬੁਲਾਇਆ ਵੀ ਚੁੱਪ ਕਰਕੇ ਤੁਰਿਆ ਜਾਂਦਾ ਚੱਲ ਕੋਈ ਦੁੱਖ ਸੁੱਖ ਕਰ ਲਈਏ ਮਾੜਾ ਮੋਟਾ ਕੋਈ ਤੇਰੇ ਚਿੱਤ 'ਚ ਗੱਲ ਇਹੋ ਜਿਹੀ ਹੁੰਦੀ ਹੈ। ਜੋਰਾ ਸਿਆਂ ਊਂ ਤਾਂ ਮੈਨੂੰ ਘਰ ਵਿਹਲ ਨਹੀਂ ਦਿੰਦਾ ਮੈਂ ਤਾਂ ਮਰਨ ਨੂੰ ਥਾਂ ਨਹੀਂ ਥਿਉਂਦਾ ਵੀ ਮੈਂ ਕਿਵੇਂ ਮਰ ਜਾਂ ਮਰਿਆ ਵੀ ਨਹੀਂ ਜਾਂਦਾ ਮੈਥੋਂ। ਉਹ ਬਾਈ ਮਰਨਾ ਕਾਹਦੇ ਵਾਸਤੇ ਹੈ ਜੇ ਬੰਦਾ ਨਾ ਉਸ ਗੱਲ ਦਾ ਸੁਧਾਰ ਕਰੇ ਨਾ ਉਹੀ ਬੰਦਾ ਹੁੰਦਾ ਮਰਨ ਦੇ ਵਿੱਚ ਕੋਈ ਜ਼ਿੰਦਗੀ ਨਹੀਂ ਹੁੰਦੀ। ਪਰ ਤੇਰੀਆਂ ਗੱਲਾਂ ਤੋਂ ਮੈਨੂੰ ਲੱਗਦਾ ਹੈ ਵੀ 2-4 ਸਾਲ ਕੱਟ ਜੂੰਗਾ ਨਹੀਂ ਤਾਂ ਮੈਨੂੰ ਐਂ ਸੀ ਵੀ ਕਿਤੇ ਨਾ ਕਿਤੇ ਖੂਹ ਖਾਤਾ ਗੰਦਾ ਕਰ ਨਹੀਂ ਫਾਹਾ ਲੈ ਕੇ ਮਰ ਜਾ ਕਿਤੇ। ਨਹੀਂ ਛੋਟੇ ਬਾਈ ਮੈਂ ਨਾਲ ਖੜਾ ਤੇਰੇ। ਠੀਕ ਹੈ ਜੋਰਾ ਸਿਆਂ ਬਾਹਲਾ ਹੀ ਉਧਰਿਆ ਫਿਰਦਾ ਹੈ ਕਿਉਂ ਜਦੋਂ ਕੋਈ ਦੁੱਖ ਸੁੱਖ ਸੁਣਨ ਵਾਲਾ ਹੈ ਹੀ ਨਹੀਂ। ਚਲੋ ਆਪਾਂ ਜਿੰਨੇ ਕੁ ਜੁਗ ਰਹੇ ਸੀ ਆਪਾਂ ਇਹਨੂੰ ਸੁਣਾ ਦਿੱਤੀ ਸਾਰੀ ਗੱਲਬਾਤ ਅੱਗੇ ਇਹਨਾਂ ਦੀ ਮਰਜ਼ੀ ਹੈ। ਆਉਂਦਾ ਹੁਣ ਕਰ ਲਾ ਗੱਲ ਉਹਦੇ ਨਾਲ ਜਾ ਆਇਆ। ਮੈਂ ਕਿੱਥੇ ਜਾਣਾ ਸੀ ਇੱਥੇ ਫਿਰਦਾ ਮੈਂ ਕਿੱਥੇ ਗਿਆ ਸਾਡੂ ਲਵੇ। ਉਹ ਮੈਂ ਤਾਂ ਕਿਤੇ ਕੰਮ ਜਾਂਦਾ ਸੀ ਉਹ ਤਾਂ ਉਹਨੇ ਬੋਲ ਮਾਰ ਲਿਆ ਵੀ ਆ ਜਾ ਬਾਈ ਬਿੱਕਰ ਸਿਆਂ ਬਹਿ ਜਾ ਕੋਈ ਗੱਲਬਾਤ ਕਰਦਾ। ਮੈਂ ਗੱਲ ਉਸੇ ਦੀ ਕਰਦਾ। ਫਿਰ ਤੈਨੂੰ ਕਿਵੇਂ ਲੱਗਿਆ ਜੇ ਮੈਂ ਬਹਿ ਗਿਆ ਉਹਦੇ ਕੋਲੇ ਕਿਵੇਂ ਦਾ ਕੀ ਲੱਗਣਾ ਸੀ ਬਾਪੂ ਜਿਹੜੇ ਤੂੰ ਕਰਦਾ ਨਾ ਲੱਛਣ ਆਹ ਚਲਿੱਤਰ ਬੁੜੀਆਂ ਕਰਦੀਆਂ ਹੁੰਦੀਆਂ ਨੇ। ਉਹ ਮੈਂ ਕੀ ਚਲਿੱਤਰ ਕਰਦਾ ਓਏ ਉਹ ਗੱਲ ਸੁਣਾ ਉਹਨੇ ਤਾਂ ਮੈਨੂੰ ਦਿਲ ਤਰਾਇਆ ਵੀ ਕੋਈ ਗੱਲ ਨਹੀਂ ਬਿੱਕਰ ਸਿਆਂ ਜਿਹੜੀ ਗੱਲ ਹੋਣੀ ਸੀ ਹੋ ਗਈ ਪਰ ਤੂੰ ਘਬਰਾ ਨਾ ਮੈਂ ਤੇਰੇ ਭਰਾ ਬਣ ਕੇ ਰਹੂੰਗਾ ਅਤੇ ਤੂੰ ਵੀ ਮੇਰਾ ਭਰਾ ਬਣ ਕੇ ਰਹੀ। ਉਹਨੇ ਤਾਂ ਸਾਰੇ ਦਿਲ ਦੀਆਂ ਗੱਲਾਂ ਕੀਤੀਆਂ ਅਤੇ ਮੈਨੂੰ ਹੌਸਲਾ ਦਿੱਤਾ ਉਹਨੇ ਕੋਈ ਮਾੜੀ ਗੱਲ ਨਹੀਂ ਕੀਤੀ। ਆਹੋ ਉਹਨੇ ਤੇਰੇ ਦਿਲ ਦੀਆਂ ਗੱਲਾਂ ਕੀਤੀਆਂ ਅਸੀਂ ਤਾਂ ਤੇਰੀ ਕੋਈ ਸੁਣਦੇ ਨਹੀਂ ਹੈਗੇ ਹੈ ਨਾ ਉਹਦੇ ਕੋਲ ਕਰਨੀਆਂ ਯਾਦ ਆ ਗਈਆਂ ਤੈਨੂੰ ਦਿਲ ਦੀਆਂ ਗੱਲਾਂ। ਤੁਸੀਂ ਸੁਣੀਆਂ ਵੀ ਨਹੀਂ ਜੇ ਸੁਣਦੇ ਮੈਂ ਕਾਹਨੂੰ ਇਹੋ ਜਿਹੇ ਸਿਆਪਿਆਂ 'ਚ ਵੜਦਾ ਨਾ ਜਿਹੜੇ ਦਿਲ ਧਰਾਉਣ ਵਾਲੀਆਂ ਗੱਲਾਂ ਕਰਦਾ ਆ ਉਹ ਦੇ ਕਮਰੇ 'ਚੋਂ ਕੱਢ ਕੇ ਬਾਹਰੇ ਮਾਰਿਆ ਸੀ ਉੱਥੇ ਖੁੰਜੇ 'ਚ ਬੈਠਾ ਬੂਕਦਾ ਸੀ ਉੱਦਾਂ ਹੀ ਕੀਤੀ ਫਿਰ ਉੱਦਾਂ ਹੀ ਦਿਲ ਧਰਾਇਆ ਤੇਰਾ। ਉਹ ਕਿਉਂ ਮੈਥੋਂ ਕਹੋਨੇ ਹੋ ਉਹ ਤੁਹਾਡੇ ਕੰਡੇ ਬੀਜੇ ਹੋਏ ਸਿਆਪਾ ਤੁਹਾਡਾ ਬੀਜਿਆ ਹੋਇਆ ਮੈਨੂੰ ਚੁਗਣਾ ਪੈ ਰਿਹਾ ਹੈ ਇਹ ਉੱਦਾਂ ਵਾਲੀ ਜੋਰਾ ਸਰਦਾਰ ਇਹ ਬੈਠਾ ਇਹਦੇ ਵਿੱਚ ਜੁੜ ਜੁੜ ਕੇ ਮੰਜੇ 'ਤੇ ਗੱਲਾਂ ਕਰਦਾ ਉਹਦੇ ਤਾਂ ਉਹ ਤੱਟੇਗਾ ਸੀ। ਗੱਲ ਸੁਣ ਸਾਡੇ ਨਹੀਂ ਇਹ ਕੰਡੇ ਬੀਜੇ ਕੰਡੇ ਤੇਰੇ ਬੀਜੇ ਹੋਏ ਆ ਜਿਹੜੀ ਤੂੰ ਜ਼ਮੀਨ ਉਹਦੇ ਨਾਲ ਚੱਕ ਕੇ ਕਰਾਤੀ ਨਾਲੇ ਤਾਂ ਆਪ ਧੱਕੇ ਖਾਣਾ ਨਾਲੇ ਸਾਨੂੰ ਖਵਾਉਣਾਗਾ। ਹਾਂ ਹੁਣ ਤਾਂ ਆਪ ਹੀ ਮੈਂ ਕੰਡੇ ਬੀਜੇ ਨੇ ਹੁਣ ਤਾਂ ਸਾਰੇ ਠੋਣਾ ਮੇਰੇ 'ਤੇ ਭੰਨਣਾ ਪਰ ਮੇਰੀ ਗੱਲ ਸੁਣ ਲੈ ਵੀ ਜਿਹੜੇ ਹਿਸਾਬ ਨਾਲ ਜੋਰੇ ਨੇ ਮੇਰੇ ਨਾਲ ਗੱਲਾਂ ਕੀਤੀਆਂ ਨਾ ਉਸ ਹਿਸਾਬ ਨਾਲ ਉਹ ਇਸ ਘਰ ਦਾ ਵਧੀਆ ਬੰਦਾ ਬਣ ਕੇ ਰਹੂ। ਆਹੀ ਆਹੀ ਬਸ ਆਹੀ ਗੱਲ ਤੇਰੀ ਜਵਾਨੋਂ ਕਹਾਉਣੀ ਸੀ ਅੱਖਾਂ ਲੁਕੋ ਸਕਦਾ ਐਨਕਾਂ ਲਾ ਕੇ ਪਰ ਆਹ ਚਲਿੱਤਰ ਨਹੀਂ ਲੁਕੋ ਸਕਦਾ ਹੁਣ ਤੂੰ ਆਹ ਜਿਹੜਾ ਬਾਹਰ ਉਹਦੇ ਨਾਲ ਜੁੜਿਆ ਬੈਠਾ ਤੀ ਨਾ ਮੈਨੂੰ ਪਤਾ ਵੀ ਤੂੰ ਨਾਲ ਜੁੜਿਆ ਹੋਇਆ ਮਾਂ ਦੇ
ਉਹ ਨਾਲ ਜੁੜਿਆ ਹੋਇਆ ਹੁਣ ਭਲਾ ਦੱਸ ਜੇ ਉੱਠ ਡਾਂਗ ਚੱਕ ਕੇ ਖੜਜ ਗਏ ਡਾਂਗੋ ਡਾਂਗੀ ਹੋਈ ਹੈ ਤਾਂ ਘਰੇ ਕਲੇਸ਼ ਨਹੀਂ ਪਊ ਨਾਲੇ ਹੁਣ ਜੇ ਤੇਰੀ ਵੱਡੀ ਮੰਮੀ ਦਾ ਕਰਕੇ ਤਾਂ ਮੈਨੂੰ ਉਹਦੇ ਨਾਲ ਜੀ ਜੂ ਕਰਨਾ ਹੀ ਪਊਗਾ ਤੇਰੇ ਵਰਗਣ ਦਾ ਮਹਾਭਾਰਤ ਕਰਾ ਦਿੱਤੀ ਮੈਨੂੰ ਲੱਗਦਾ ਉਹ ਕਦੇ ਇੱਕ ਪਾਸੇ ਦਾ ਤਾਂ ਹੋ ਜਾ ਤਾਂ ਉਹਨਾਂ ਨਾਲ ਹੋ ਜਾ ਜਾਂ ਸਾਡੇ ਨਾਲ ਹੋ ਜਾ ਕਿਵੇਂ ਹੋ ਜਾ ਕਿਵੇਂ ਹੋ ਜਾ ਜਦੋਂ ਪਹਿਲਾਂ ਦੇ ਕੰਡੇ ਮੇਰੇ ਵੀ ਵਿਜੇ ਹੋਏ ਆ ਦੋਨੇ ਪਾਸੇ ਬੱਟੇ ਸਿੱਟਦਾ ਇਹ ਕੋਈ ਇੱਕ ਪਾਸਾ ਨਹੀਂ ਹੁੰਦਾ ਜੇ ਇੱਕ ਪਾਸਾ ਕਰਨ ਵਾਲਾ ਹੁੰਦਾ ਤਾਂ ਗੱਲਾਂ ਨਹੀਂ ਹੋਣੀਆਂ ਸੀ ਇਹਦਾ ਦੋਨੇ ਪਾਸੇ ਹੱਥ ਮਾਰਦਾ ਵੀ ਆ ਜੋ ਹਾਂ ਵਿਚਾਲੇ ਪੜਿਆ ਪੜਿਆ ਮਾਰਨ ਵਾਲੇ ਨਾ ਹੁਣ ਸੋਨੂੰ ਸਿੜਦੇ ਆ ਉਹ ਤੈਨੂੰ ਮਸਾ ਸੌ ਸੁੱਖਾਂ ਨਾਲ ਲਿਆ ਤੈਨੂੰ ਸਿੜਦੇ ਆ ਜਾਂ ਤੈਨੂੰ ਪਰੇ ਕਰਦੇ ਆ ਜਾਂ ਉਹ ਵਿਚਾਰੀ ਜਿਹੜੀ ਇੰਨੀ ਨਿਰਾਸਰੀ ਸੀ ਉਹਨੂੰ ਮਾਰਦੇ ਆ ਪਹਿਲਾਂ ਸੁੱਖਾਂ ਨਾਲ ਮੰਗਿਆ ਸੀ ਹੁਣ ਸੁੱਖਾਂ ਨਾਲ ਹੀ ਮਾਰੇਗਾ ਮੈਨੂੰ ਲੱਗਦਾ ਸੁੱਖਾਂ ਸੁੱਖਦੇ ਹੋਏਗਾ ਵੀ ਪਤਾਸੇ ਚਾੜ ਨੂੰ ਮਰ ਜਾਣ ਕਿਸੇ ਪਾਸੇ ਉਹ ਨਹੀਂ ਨਹੀਂ ਪੁੱਤ ਮੈਂ ਤਾਂ ਹਜੇ ਵੀ ਤੇਰੀ ਉਡੀਕ ਕਰਦਾ ਵੀ ਮੇਰਾ ਸਹਾਰਾ ਤੂੰ ਹੀ ਬਣਨਾ ਪਰ ਤੇਰੇ ਲੱਛਣ ਮੈਨੂੰ ਦਿੰਦੇ ਨੇ ਵੀ ਤੂੰ ਮੈਨੂੰ ਕਿੰਨਾ ਕੁ ਸਹਾਰਾ ਬਣੇਗਾ ਮੈਨੂੰ ਤੇਰੇ ਵੀ ਦਿੰਦੇ ਨੇ ਤੂੰ ਆਪਦਾ ਸਹਾਰਾ ਹੁਣ ਜੋਰੇ ਨੂੰ ਬਣਾਉਣ ਨੂੰ ਫਿਰਦਾ ਜੋਰੇ ਨਾਲ ਤਾਂ ਮੈਂ ਤਾਂ ਲੇਲੇ ਪੇਪੇ ਹੁੰਦਾ ਵੀ ਹੌਲੀ ਹੌਲੀ ਮੇਰੇ ਪੁੱਤ ਦੇ ਨਾਂ ਹੋ ਜੂ ਜ਼ਮੀਨ ਕੋਈ ਗੱਲ ਨਹੀਂ ਕਿਧਰੇ ਨਹੀਂ ਕੁਛ ਹੁੰਦਾ ਹੁਣ ਜਦੋਂ ਅੰਦਰ ਹੀ ਵੜ ਗਏ ਹੁਣ ਅੰਦਰੋਂ ਨਹੀਂ ਮੈਂ ਕੱਢ ਸਕਦਾ ਉਹਨਾਂ ਨੂੰ ਬਸ ਸਿਆਣਿਆਂ ਨੇ ਸੱਚ ਹੀ ਕਿਹਾ ਉਹ ਕਹਿੰਦੇ ਨਹੀਂ ਹੁੰਦਾ ਵੀ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ ਤੂੰ ਤਾਂ ਆਪਦੇ ਘਰ 'ਚ ਹੀ ਲੱਗਣਾ ਪਵਾੜ ਪਾਉਣਾ ਹਾਂ ਮੈਂ ਤਾਂ ਲੱਗ ਰਿਹਾ ਸੁਧਰ ਜਾ ਉਹ ਮੈਂ ਤਾਂ ਸੁਧਰਿਆ ਹੋਇਆ ਮੈਨੂੰ ਜ਼ਿਆਦੇ ਨਾ ਸਮਝਾ ਤੂੰ ਤੂੰ ਮੇਰਾ ਪਿਓ ਨਹੀਂ ਪਿਓ ਮੈਂ ਆ ਤੇਰਾ ਉਹ ਤਾਂ ਮੈਨੂੰ ਵੀ ਪਤਾ ਵੀ ਤੂੰ ਮੇਰਾ ਪਿਓ ਹੈ ਪਰ ਪਿਓ ਵਾਲੇ ਲੱਛਣਾਂ 'ਤੇ ਤਾਂ ਆ ਜਾ ਆ ਜ਼ਮੀਨ ਕਿਹਦਾ ਹੱਕ ਬਣਦਾ ਤੀ ਤੇ ਮੇਰਾ ਬਣਦਾ ਤੀ ਪਰ ਤੂੰ ਮੇਰੇ ਨਾਲ ਲਵਾਈ ਕਿਵੇਂ ਕਹਿਦਾ ਵੀ ਤੂੰ ਮੇਰਾ ਪਿਓ ਹੈ ਕੀ ਗੱਲ ਹੋ ਗਈ ਯਾਰ ਕਾਹਦੇ ਪਿੱਛੇ ਰੋਣਾ ਪਾਇਆ ਤੁਸੀਂ ਆ ਜਾ ਤੂੰ ਵੀ ਆ ਜਾ ਹੋ ਜਾ ਵਿਧਾਨ ਸਭਾ 'ਚ ਸ਼ਾਮਲ ਦੇਖ ਲੈ ਤੇਰੇ ਸਹੁਰੇ ਦੀਆਂ ਕਰਤੂਤਾਂ ਕਿਉਂ ਵੈਸੇ ਇਹੋ ਜਿਹਾ ਵੀ ਕੀ ਗੁਨਾਹ ਹੋ ਗਿਆ ਡੈਡੀ ਤੇ ਨਾ ਬੋਲੀ ਜਾ ਰਹੇ ਹੋ ਘੱਟੋ ਘੱਟ ਨਾ ਆਇਆ ਗਿਆ ਵੇਖ ਲਿਆ ਕਰੋ ਕੋਈ ਆ ਬਾਹਰ ਜਿਹੜੇ ਬਗਾਨਾ ਬੰਦਾ ਬੈਠਾ ਇਹ ਕੀ ਕਹੂਗਾ ਬਗਾਨਾ ਕੌਣ ਕਹਿੰਦਾ ਉਹਨੂੰ ਨਾ ਹੁਣ ਬਗਾਨਾ ਕਾਹਤੋਂ ਕਹਿੰਦੇ ਉਹਨੂੰ ਹੁਣ ਤਾਂ ਉਹ ਦੂਜਾ ਪਿਓ ਬਣਿਆ ਬੈਠਾ ਮੇਰਾ ਤਾਰੀ ਕੋਈ ਗੱਲ ਵੀ ਹੋਈ ਹੋਣੀ ਗੱਲ ਨੂੰ ਐਵੇਂ ਵਧਾਈ ਜਾਂਦੇ ਹੋ ਗੱਲ ਕੀ ਹੋਣੀ ਆ ਆਪਣੇ ਵਾਲੇ ਸਰਦਾਰ ਸਾਹਿਬ ਮੰਜੇ 'ਤੇ ਜੁੜੇ ਬੈਠੇ ਤੀ ਉਹਦੇ ਨਾਲ ਮਿਹਾਤ ਕਰਾਉਣ ਲੱਗ ਰਹੀ ਤੀ ਦੁੱਖ ਵੰਡਾਉਂਦੇ ਨੇ ਦਿਲ ਹਲਕਾ ਕਰਦੇ ਨੇ ਉਹਦੇ ਨਾਲ ਬੈਠ ਬੈਠ ਕੋਈ ਮਿਹਾਤ ਨਹੀਂ ਕਰਾਉਂਦਾ ਪੁੱਤ ਮੈਂ ਤਾਂ ਕੋਈ ਕੰਮ ਜਾਂਦਾ ਸੀ ਉਹਨੇ ਤਾਂ ਬਹੁਤ ਹੀ ਢੰਗ ਨਾਲ ਬਹਿ ਕੇ ਗੱਲਾਂ ਕਰੀਆਂ ਕਹਿੰਦਾ ਵਿਕਰ ਸਿੰਘ ਕੋਈ ਫਿਕਰ ਨਾ ਕਰੀ ਡੈਡੀ ਮੈਨੂੰ ਪਤਾ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਮੇਰੀ ਗੱਲ ਸੁਣੋ ਜਦੋਂ ਉਹ ਬੰਦਾ ਆਪਣੇ ਘਰ ਦੇ ਵਿੱਚ ਰਹਿ ਰਿਹਾ ਬਰਾਬਰ ਇਸ ਘਰ ਦਾ ਮੈਂਬਰ ਹੀ ਤਾਂ ਹੋਇਆ ਨਾ ਇਹ ਲੜ ਪੈਣ ਹੱਥੋਂ ਪਾਈ ਕਰ ਲੈਣ ਫਿਰ ਚੰਗੇ ਰਹੋਗੇ ਨਹੀਂ ਫਿਰ ਉਦਣ ਕਾਹਤੋਂ ਬੂਕਦਾ ਸੀ ਮੈਨੂੰ ਇਹ ਤਾਂ ਦੱਸ ਦੇ ਜਿੱਦਣ ਉਹਨੂੰ ਫੜ ਕੇ ਕਮਰੇ 'ਚੋਂ ਬਾਹਰ ਕੱਢਿਆ ਸੀ ਹੁਣ ਛੇਤੀ ਉਹਦਾ ਹਮਿਆਤੀ ਹੋ ਗਿਆ ਇਹ ਯਾਰ ਉਹ ਬੰਦਾ ਮਾੜਾ ਨਹੀਂ ਹੈਗਾ ਠੀਕ ਹੈ ਨਾ ਬੰਦੇ ਦੀ ਕੀ ਗਲਤੀ ਹੈ ਵਿਆਹ ਤਾਂ ਆਪਣੀ ਮੰਮੀ ਨੇ ਕਰਵਾਇਆ ਬੰਦਾ ਤਾਂ ਮਾੜਾ ਨਹੀਂ ਹੈਗਾ ਪਰ ਇਹ ਤਾਂ ਕੋਈ ਸੋਚ ਲੈ ਮਾੜਾ ਮੋਟਾ ਹੁਣ ਡੈਡੀ ਤੁਹਾਨੂੰ ਕੀ ਲੋੜ ਪਈ ਸੀ ਬੋਲਣ ਦੀ ਉਹਨਾਂ ਨਾਲ ਕੁਛ ਨਹੀਂ ਪਤਾ ਮੈਂ ਤਾਂ ਜਮਾ ਵੀ ਨਹੀਂ ਕੁਛ ਕਿਹਾ ਉਹ ਤਾਂ ਮੈਨੂੰ ਇੰਨੀਆਂ ਸੋਹਣੀਆਂ ਗੱਲਾਂ ਕਹੀਆਂ ਨੇ ਇੰਨਾ ਮੇਰਾ ਦਿਲ ਤਰਾਇਆ ਉਹਨੇ ਕਹਿੰਦਾ ਤੂੰ ਜਮਾ ਹੀ ਫਿਕਰ ਨਾ ਕਰ ਇਹ ਤਾਂ ਗੁਰਮਤੇ ਮਾਰਨ ਲੱਗ ਗਿਆ ਉਹਦੇ ਨਾਲ ਗੁਰਮਤੇ ਮਾਰਨ ਲੱਗ ਗਿਆ ਇਹਨੂੰ ਗੱਲਾਂ ਸੋਹਣੀਆਂ ਲੱਗੀਆਂ ਉਹਦੀਆਂ ਤੁਸੀਂ ਮੇਰੀ ਗੱਲ ਸੁਣੋ ਇਸ ਤੋਂ ਪਹਿਲਾਂ ਕਿ ਉਹ ਚੱਲ ਕੇ ਆਪਣੇ ਕੋਲੇ ਆ ਜੇ ਗੱਲ ਵਧੂਗੀ ਫਿਰ ਵੱਡੀ ਮੰਮੀ ਕੋਲੇ ਗੱਲ ਜਾਊਗੀ ਕੋਈ ਫਾਇਦਾ ਨਹੀਂ ਮਿੱਟੀ ਪਾ ਦਿਓ ਇੱਥੇ ਹੀ ਖਤਮ ਕਰ ਦਿਓ ਬਸ ਘਰ ਦਾ ਕੰਮ ਕਰ ਲਿਆ ਕਰੋ ਗਲਤੀ ਹੋ ਗਈ ਹਾਂ ਬਸ ਬਣ ਜਾਓ ਸਿਆਣੇ ਨਾ ਨਾ ਗਲਤੀ ਤੁਸੀਂ ਦਿਮਾਗ ਨਾ ਖਰਾਬ ਕਰੋ ਤੂੰ ਕਰਦਾ ਚੁੱਪ ਕਰਦਾ ਚੁੱਪ ਹੁਣ ਤਾਂ ਮੈਂ ਬੰਦਾ ਤੇਰੇ ਮੂਹਰੇ ਵੀ ਤੁਸੀਂ ਸਿਆਣੇ ਬਣ ਜਾਓ ਨਾ ਬੋਲਿਆ ਕਰੋ ਡੈਡੀ ਹੈ ਆਪਣੇ ਉਹ ਕੋਈ ਰਿਸਪੈਕਟ ਵੀ ਦੇ ਲੋ ਯਾਰ ਆਪਣੇ ਡੈਡੀ ਨੂੰ ਕਾਹਨੂੰ ਮੈਨੂੰ ਤਾਂ ਮਾਰਨਗੇ ਇਹ ਪਤਾ ਕੀ ਗੱਲ ਹੈ ਤੁਸੀਂ ਬਗਾਨੇ ਬੰਦੇ ਨੂੰ ਆਪ ਦਿਖਾ ਰਹੇ ਹੋ ਸ਼ੋਅ ਕਰ ਰਹੇ ਹੋ ਵੀ ਸਾਡੇ ਤਾਂ ਆਪਸ 'ਚ ਬਣਦੀ ਹੈ ਨਹੀਂ ਚੁੱਪ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਜਦੋਂ ਚੁੱਪ ਹੋਣਾ ਹੁੰਦਾ ਨਾ ਉਦੋਂ ਤੁਸੀਂ ਬੋਲਦੇ ਹੋ ਤੇ ਜਦੋਂ ਬੋਲਣਾ ਹੁੰਦਾ ਉਦੋਂ ਚੁੱਪ ਕਰਦੇ ਹੋ ਘੱਟ ਥੋੜੇ 'ਚ ਕੋਈ ਨਹੀਂ ਹੈਗਾ ਸਾਰੇ ਇੱਕੋ ਜਿਹੇ ਹੋ ਸਾਰੇ ਰਲੇ ਮਿਲੇ ਨੇ ਇਹ ਅਸਲ ਗੱਲ ਬਾਅਦ 'ਚ ਨਿਕਲੂਗੀ ਤੈਨੂੰ ਮੈਂ ਦੱਸਦਾ ਮੈਂ ਤੈਨੂੰ ਪਹਿਲਾਂ ਹੀ ਕਹਿੰਦੀ ਸੀ ਵੀ ਇਹ ਬੁੜਾ ਉਹਦੇ ਨਾਲ ਰਲਿਆ ਹੋਇਆ ਹੈਗਾ ਬੁੜਾ ਛੱਡ ਮੈਨੂੰ ਤਾਂ ਲਾਪਰੀ 'ਤੇ ਵੀ ਸ਼ੱਕ ਹੈ 2 ਮਿੰਟਾਂ 'ਚ ਉਹਦੇ ਨਾਲ ਦੀ ਹੋ ਜਾਂਦੀ 2 ਮਿੰਟਾਂ 'ਚ ਮੇਰੇ ਨਾਲ ਦੀ ਹੋ ਜਾਂਦੀ ਹੈ ਕੀ ਪਤਾ ਭਾਈ ਹੁਣ ਇਹਨਾਂ 'ਚ ਕੀ ਚੱਲਦਾ ਹੁਣ ਮੈਂ ਦੱਸ ਕੀ ਕਰਾਂ ਮੈਂ ਤਾਂ ਆਪ ਦੁਖੀ ਕਰ ਲਈ ਇਹਨਾਂ ਨੇ ਉਹ ਪੁੱਤੀ ਇਹ ਗੱਲ ਸੁਣੋ ਹਾਂਜੀ ਇੱਕ ਪਾਣੀ ਦੇ ਗਲਾਸ ਦੇ ਪੁੱਤੀ ਤੇ ਲੱਗੀ ਆ ਪਾਣੀ ਦਾ ਗਲਾਸ ਹਾਂਜੀ ਕੋਈ ਨਾ ਬਾਪੂ ਜੀ ਹਾਂ ਹੁਣ ਜੇ ਪਾਣੀ ਦਾ ਵੀ ਨਾ ਗਲਾਸ ਦਿੱਤਾ ਫੇਰ ਕਹਿ ਦੇਣਗੇ ਕੁੜੀ ਕੋਲੇ ਸੰਸਕਾਰ ਨਹੀਂ ਹੈਗੇ ਪਾਣੀ ਤਾਂ ਬੰਦਾ ਸੰਤ ਬਗਾਨੇ ਨੂੰ ਵੀ ਦੇ ਦਿੰਦਾ ਚਲ ਪਾਣੀ ਦਾ ਤਾਂ ਵੈਸੇ ਪੁੰਨੀ ਹੈ ਆ ਲਓ ਬਾਪੂ ਜੀ ਪਾਣੀ ਲਿਆ ਭਾਈ ਸ਼ਾਬਾਸ਼ ਹੁਣ ਤਾਂ ਨਹੀਂ ਮੈਂ ਕੁਛ ਗਲਤ ਦੇਖਿਆ ਹੋਰ ਕਰ ਲੈ ਸੇਵਾ ਮੈਂ ਕਿਹੜਾ ਫਿਰ ਕੁਛ ਗਲਤ ਕੀਤਾ ਪਾਣੀ ਦਾ ਗਲਾਸ ਹੀ ਤਾਂ ਦਿੱਤਾ ਬੰਦਾ ਸੱਤ ਬਗਾਨੇ ਨੂੰ ਵੀ ਦੇ ਦਿੰਦਾ ਇਹ ਤਾਂ ਫਿਰ ਵੀ ਆਪਣੇ ਘਰੇ ਰਹਿੰਦੇ ਨੇ ਨਾ ਜੇ ਸੱਤ ਬਗਾਨੇ ਨੂੰ ਕੋਈ ਪਾਣੀ ਦੇ ਦਿੰਦਾ ਤਾਂ ਸੱਤ ਬਗਾਨੇ ਨੂੰ ਤਾਂ ਰੋਟੀਆਂ ਵੀ ਖਵਾ ਸਕਦੇ ਹਾਂ ਸੱਤ ਬਗਾਨੇ ਨੂੰ ਤਾਂ ਚਾਹ ਵੀ ਪਿਆ ਸਕਦੇ ਹਾਂ ਐਂ ਕਰੀ ਆਥਣੇ ਦੁੱਧ 'ਚ ਲੌਂਗ ਲਾਚੀਆਂ ਪਾ ਕੇ ਦੇ ਦੀ ਉਹ ਤਾਂ ਪਾਣੀ ਦਾ ਗਲਾਸ ਹੀ ਮੰਗਿਆ ਪਾਣੀ ਤਾਂ ਜਾਂਦੇ ਰਾਹੀ ਨੂੰ ਵੀ ਪਿਆ ਆਉਂਦਾ ਅਗਲਾ
ਪਿਆ ਦਿੰਦਾ ਪਾਣੀ ਜਾਂਦੇ ਰਾਹੀ ਨੂੰ। ਤੁਸੀਂ ਤਾਂ ਰਹਿਣੀ ਦਿਓ ਜੋਰਾ ਸਿੰਘ ਜੀ, ਜ਼ਹਿਰ ਮੰਗ ਲੈਂਦੇ ਉਹ ਤਾਂ ਤੁਸੀਂ ਮੰਗੀ ਨਹੀਂ। ਤਾਰੀ ਤੁਸੀਂ ਨਾ ਲਿਮਿਟ ਤੋਂ ਜ਼ਿਆਦਾ ਬੋਲ ਰਹੇ ਹੋ, ਵੱਡਿਆਂ ਨਾਲ ਕੋਈ ਐਵੇਂ ਗੱਲ ਕਰਦਾ ਹੁੰਦਾ? ਪੁੱਤ ਜੇ ਇਹਨਾਂ ਨੂੰ ਅਕਲ ਹੁੰਦੀ ਵੱਡਿਆਂ ਨੂੰ ਬੋਲਣ ਦੀ ਤਾਂ ਤੇਰੀ ਮਾਂ ਥੋੜ੍ਹੀ ਜ਼ਰੂਰੀ ਵਿਆਹ ਕਰਾਉਂਦੀ ਹੋਰ। ਉਹ ਬੜਿਆ ਰਹਿਣ ਦੇ, ਹੁਣ ਤਾਂ ਮੈਂ ਤੁਹਾਨੂੰ ਨਾਂ ਲੈ ਕੇ ਬੁਲਾਉਂਦਾ ਦੀ। ਤਾਰੀ ਤਾਰੀ ਚੁੱਪ ਕਰ ਜੋ, ਬੁੜਾ ਕੀ ਹੁੰਦਾ? ਲਾਪਰੀ ਤੇ ਮੈਨੂੰ ਨਾ ਸਿਖਿਆ ਬੁੜਾ ਕੀ ਹੁੰਦਾ, ਬੰਦੇ ਦੀ ਆਪਦੀ ਅਹਿਮੀਅਤ ਵੀ ਹੋਣੀ ਚਾਹੀਦੀ ਆ। ਮੈਂ ਤੁਹਾਨੂੰ ਕੁਝ ਸਿਖਾ ਨਹੀਂ ਰਹੀ, ਤੁਹਾਨੂੰ ਇਹ ਕਹਿ ਰਹੀ ਹਾਂ ਵੀ ਬਗਾਨੇ ਬੰਦੇ ਨੂੰ ਆਪਦੀ ਔਕਾਤ ਨਾ ਦਿਖਾਓ। ਚੰਗਾ ਤੂੰ ਕਰ ਲੈ ਸੇਵਾ। ਬਾਪੂ ਜੀ ਉਹ ਜਿਹੜੇ ਸਾਹਿਬ ਨਾਲ ਤੁਹਾਨੂੰ ਬੋਲ ਕੇ ਗਏ ਨੇ ਉਹਦੇ ਪਿੱਛੇ ਮੈਂ ਮਾਫੀ ਮੰਗਦੀ ਆ। ਚਲੋ ਨਾ ਇਹਦੇ ਵਿੱਚ ਤੁਹਾਡਾ ਕਸੂਰ ਹੈ ਨਾ ਸਾਡੀ ਵੱਡੀ ਮੰਮੀ ਦਾ ਕਸੂਰ ਹੈ। ਕੋਈ ਨਹੀਂ ਪੁੱਤ, ਜਿਹੇ ਜੀ ਉਹਨੂੰ ਆਕਲ ਹੈ ਉਹੋ ਜਿਹਾ ਵਰਤੀ ਜਾਂਦਾ ਹੈ, ਹੈ ਤੁਹਾਡਾ ਕੋਈ ਕਸੂਰ ਨਹੀਂ। ਵੈਸੇ ਬਾਪੂ ਜੀ ਗੁੱਸਾ ਤਾਂ ਕਰਿਓ ਨਾ, ਮੰਨਿਆ ਕਿ ਇਹ ਪੁੰਨ ਦਾ ਕੰਮ ਹੈ, ਸੱਤ ਬਗਾਨੇ ਨੂੰ ਬੰਦਾ ਪਾਣੀ ਪਿਆ ਦਿੰਦਾ, ਮੈਂ ਪਹਿਲਾਂ ਵੀ ਕਿਹਾ, ਪਰ ਜੇ ਰੋਟੀ ਪਾਣੀ ਦੀ ਲੋੜ ਹੁੰਦੀ ਹੈ ਨਾ ਤਾਂ ਤੁਸੀਂ ਵੱਡੀ ਮੰਮੀ ਤੋਂ ਹੀ ਮੰਗ ਲਿਆ ਕਰੋ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿਤੇ ਇਹ ਐਂ ਨਾ ਕਹਿ ਦੇਣ ਵੀ ਤੂੰ ਵੀ ਇਹਨਾਂ ਨਾਲ ਰਲੀ ਹੋਈ ਆ, ਕਿਤੇ ਮੇਰਾ ਬਿਨਾਂ ਗੱਲ 'ਤੇ ਨਾਮ ਆ 'ਤੇ। ਚਲੋ ਠੀਕ ਹੈ ਪੁੱਤ, ਤੇਰੀ ਗੱਲ ਵੀ ਸਹੀ ਹੈ, ਠੀਕ ਹੈ। ਹਾਂਜੀ, ਅਤੇ ਬਾਕੀ ਬਾਪੂ ਜੀ ਮੈਂ ਇੰਨੀ ਕੁ ਗੱਲ ਜ਼ਰੂਰ ਕਹਿਣਾ ਚਾਹੂੰਗੀ ਵੀ ਜਿਵੇਂ ਤੁਸੀਂ ਕੱਲ੍ਹ ਡੈਡੀ ਨਾਲ ਕੀਤਾ ਸੀ ਨਾ, ਉਹਨੂੰ ਏ ਸੀ ਵਾਲੇ ਕਮਰੇ 'ਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਸੀ, ਇਹ ਗਲਤੀ ਨਾ ਤੁਸੀਂ ਦੁਬਾਰਾ ਨਾ ਕਰਿਓ। ਆਪਦੀ ਧੀ ਸਮਝ ਕੇ ਸਹੀ, ਕਿਉਂਕਿ ਮੈਂ ਨਾ ਆਪਦੇ ਪਰਿਵਾਰ ਨੂੰ ਇੰਨਾ ਦੁਖੀ ਨਹੀਂ ਦੇਖ ਸਕਦੀ। ਨਹੀਂ ਪੁੱਤ, ਉਦੋਂ ਮਾਹੌਲ ਹੀ ਕੋਈ ਇਹੋ ਜਿਹਾ ਬਣਿਆ ਹੋਇਆ ਸੀ, ਨਹੀਂ ਉਹ ਕਿਹੜਾ ਮੇਰਾ ਕੋਈ ਦੁਸ਼ਮਣ ਹੈ ਵੀ ਮੈਂ ਉਹਨੂੰ ਧੱਕੇ ਮਾਰ ਕੇ ਕੱਢਦਾ, ਉਦੋਂ ਮਾਹੌਲ ਹੀ ਇਹੋ ਜਿਹਾ ਸੀ। ਕੋਈ ਨਹੀਂ ਤੂੰ ਫਿਕਰ ਨਾ ਕਰ, ਗਾਂ ਨੂੰ ਇਹੋ ਜਿਹੀ ਗਲਤੀ ਨਹੀਂ। ਕੀ ਹੋ ਗਿਆ ਵੀ ਮੁੰਡਿਆ, ਬੇ ਕੀ ਹੋ ਗਿਆ? ਹੋਣਾ ਕੀ ਹੈ, ਕਦੇ ਇਸ ਘਰ 'ਚ ਸੁੱਖ ਸ਼ਾਂਤੀ ਹੋਈ ਵੀ ਹੈ? ਹੁਣ ਕੀ ਹੋ, ਨਵਾਂ ਫਸਾਦ ਪੈ ਗਿਆ ਮੈਨੂੰ, ਐਂ ਦੱਸ ਤੂੰ। ਆ ਤੇਰੀ ਲਾਡਲੀ ਨੂੰ ਲਾਪਰੀ ਤਾਂ ਹਾਂ, ਉਹ ਪਾਣੀ ਫੜਾਉਣ ਲੱਗ ਰਹੀ ਤੇ ਉਹਨੂੰ ਚੋਰੇ ਨੂੰ। ਅੱਛਾ, ਹਾਂ ਹੁਣ ਇਹ ਗੱਲਾਂ ਹੋ ਗਈਆਂ। ਕਿਹੜੀ ਸੇਵਾਦਾਰ ਨਹੀਂ ਬਣਦੀ ਹੈ ਤਾਂ ਵੀ? ਹਾਂ ਪਤਾ ਨਹੀਂ, ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਇਹ ਵੀ ਉਹਦੇ ਨਾਲ ਰਲੀ ਲੱਗਦੀ ਹੈਗੀ। ਇਹ ਤਾਂ ਮੈਨੂੰ ਵੀ ਪਤਾ ਹੈ, ਪਿੱਛੋਂ ਕੁਛ ਹੋ ਜੇ ਇਹ ਤਿੰਨੇ ਇਕੱਠੇ ਨਿਕਲਣਗੇ ਵੀ ਹਾਂ ਇਹਨਾਂ ਦੀ ਸਕੀਮ ਹੈ ਕੋਈ। ਮੈਂ ਤੈਨੂੰ ਇੱਕ ਗੱਲ ਕਹਾਂ? ਹਾਂ। ਮੈਂ ਤੈਨੂੰ ਇਹ ਕਹਿਣੀ ਆ, ਕੋਈ ਚੱਜ ਦੀ ਗੱਲ ਕਹੀ ਨਹੀਂ, ਸੌਣ ਕੇ ਜਵਾਨ ਨਾ ਲਈ। ਮੈਂ ਤੈਨੂੰ ਚੱਜ ਦੀ ਗੱਲ ਹੀ ਕਹਿਣੀ ਹੈਗੀ। ਗੱਲ ਸੁਣ, ਤੂੰ ਇਹਨੂੰ ਪਰੇ ਤਲਾਕ ਦੇ ਦੇ, ਜੱਬ ਹੀ ਨਹੀਂ ਮਿਲ, ਸਾਰਾ ਤਾਂ ਇਹਦੇ ਪਰੇ ਫਸਾਦ ਪਿਆ ਹੈ ਜਿਹੜਾ ਇੱਥੋਂ ਤੱਕ ਆਏ ਆਪਾਂ, ਜਿਹੜਾ ਉਹ ਇੰਨਾ ਬੋਲਣ ਲੱਗੀ ਹੈਗੀ। ਜਾਂ ਤਾਂ ਤੇਰਾ ਦਿਮਾਗ ਕੁਛ ਜ਼ਿਆਦਾ ਹੀ ਚੱਲਦਾ ਜਾਂ ਜਮੀ ਨਹੀਂ ਚੱਲਦਾ, ਦੋਨਾਂ 'ਚ ਇੱਕ ਚੀਜ਼ ਹੈ ਨਾ। ਕੀ ਚੀਜ਼ ਦੇ ਸਿਰ 'ਤੇ ਦੁਬਾਰੇ ਸਾਕ ਹੋਊ ਮੇਰਾ, ਜ਼ਮੀਨ ਮੇਰੇ ਪੱਲੇ ਨਹੀਂ ਹੈਗੀ, ਹੋਰ ਕੀ ਹੈ? ਬੇ ਰਿਸ਼ਤਾ ਤਾਂ ਮੈਂ ਤੈਨੂੰ ਹੱਥ ਨੂੰ ਕਰਵਾ ਦੂੰਗੀ, ਇਹ ਮਾੜੇ ਕਰਮ ਵਾਲੀ ਆਪਣੇ ਘਰੇ ਬੜੀ ਹੈ, ਸਾਰਾ ਘਰ ਮੁੱਦਾ ਮਾਰਤਾ, ਤੂੰ ਕਿਉਂ ਫਿਕਰ ਕਰਦਾ ਗਾ, ਤੈਨੂੰ ਜਿਵੇਂ ਮੈਂ ਕਹੀ ਜਾਂਦੀ ਉਵੇਂ ਕਰ। ਮੈਨੂੰ ਨਹੀਂ ਪਤਾ ਕਿਹਨੇ ਮੁੱਦਾ ਮਾਰਿਆ ਕਿਹਨੇ ਨਹੀਂ, ਚੱਲ ਤੇਰੇ ਕਿਸੇ 'ਤੇ ਇੱਕ ਮੌਕਾ ਹਜੇ ਮੈਂ ਉਹਨੂੰ ਹੋਰ ਦੇ ਦਾਂ, ਜੇ ਨਾ ਹੋ ਠੀਕ ਹੋਈ ਤਾਂ ਫਿਰ ਤਲਾਕ ਹੀ ਸੀ, ਮੈਨੂੰ ਵੀ ਦੂਜਾ ਵਿਆਹ ਹੀ ਮਨਜ਼ੂਰ। ਜੇ ਇਹ ਮੰਨ ਜੇ ਨਾ, ਸੱਚੀ ਮੈਂ ਤਾਂ ਇਹੀ ਕੰਮ ਕਰਦਾ, ਨੱਕ ਦਮ ਲਿਆ ਰੱਖਿਆ ਇਹਨਾਂ ਨੇ ਮੇਰੇ 'ਚ। ਹਾਏ ਲਾਪਰੀਤ ਨਾ ਤਲਾਕ, ਮੇਰੀ ਗਲਤੀ ਦੀ ਸਜ਼ਾ ਲਾਪਰੀਤ ਨੂੰ? ਨਹੀਂ ਨਹੀਂ, ਮੈਨੂੰ ਲੱਗਦਾ ਮੈਨੂੰ ਸਭ ਸੱਚ ਦੱਸ ਦੇਣਾ ਚਾਹੀਦਾ।